मेरी जिहड़ी मेहनत तुहानूं पर्दे ते जां सामने दिसदी है सो उहदे पिछे इहदा बहुत वड्डा हत्थ है। मैं तां कहिंदा सारा हत्थ ही इहदा है जिहड़ी मैनूं सारे झंझटां तों फ्री रखदी है। तुसीं मंनदे हो जिंदगी दे विच इक चंगा लाइफ पार्टनर मिल जाए तां तुसीं उचाइयां ते ही जांदे हो? बिल्कुल मंनदे हां, जे तुहाडा लाइफ पार्टनर तुहाडे नाल आ और वधिया है तां तुसीं कुछ भी कर सकदे हो। सर दे कपड़ियां च भी दिन ब दिन कुछ इंप्रूवमेंट नजर आ रही है, ज्यादा ध्यान नहीं देने होणगे सो इधर किन्ना ध्यान रखा जाता है? मतलब फिलहाल हुण तां थोड़ा टाइम ऐदां दा सी रिलीजिंग दा कि बहुत घट रखिया गया ध्यान सीरियसली। वैसे अदरवाइज मुझे ही प्यार करके ए दसना कि तुसी एक्टिंग करनी एक्टिंग नहीं भी करनी इमोशंस ਨੂੰ ਦਿਖਾਉਣਾ ਉਹ ਕਿੰਨਾ ਟਫ ਸੀਗਾ? ਜਿਹਨੂੰ ਸੁਣ ਸੁਣ ਕੇ ਮੈਂ ਟੈਨਸ਼ਨ ਚ ਆ ਗਿਆ ਕਿ ਯਾਰ ਅਸੀਂ ਫਿਲਮ ਬਣਾਈ ਹੈ ਫਿਲਮ ਕਿਉਂ ਨਹੀਂ ਲੱਗ ਰਹੀ। ਉਹ ਮੈਨੂੰ ਕਾਫੀ ਦੇਰ ਬਾਅਦ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿਹੜੇ ਉਹ ਕੰਪਲੀਮੈਂਟ ਸੀਗੇ ਉਹ ਕਮੈਂਟਰੀਜ਼ ਉਹ ਕੰਪਲੀਮੈਂਟ ਸੀ ਕਿ ਇਹ ਫਿਲਮ ਨਹੀਂ ਲੱਗਦੀ, ਇਹ ਇੱਕ ਰੀਅਲ ਲਾਈਫ ਲੱਗਦੀ ਹੈ। ਮੈਂ ਸੱਚਮੁੱਚ ਇਹ ਗਵਾਹ ਉਸ ਗੱਲ ਦੀ, ਮੈਂ ਸੱਚਮੁੱਚ ਟੈਨਸ਼ਨ ਚ ਆ ਗਿਆ ਸੀ ਇਸ ਗੱਲ ਨੂੰ ਸੁਣ ਕੇ ਕਿ ਯਾਰ ਜੇ ਇਹ ਫਿਲਮ ਨਹੀਂ ਲੱਗ ਰਹੀ ਤਾਂ ਫਿਰ ਕੀ ਬਣਾਇਆ ਸੀ, ਹੈਨਾ। ਪਰ ਉਹ ਬਾਅਦ ਚ ਪਤਾ ਲੱਗਿਆ ਕਿ ਉਹ ਇੱਕ ਪੋਜ਼ਿਟਿਵ ਚੀਜ਼ ਸੀ ਕਿ ਉਹ ਫਿਲਮ ਨਹੀਂ ਲੱਗ ਰਹੀ ਸੀ, ਉਹ ਇੱਕ ਲਾਈਫ ਲੱਗ ਰਹੀ ਸੀ। ਸਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੇ ਦੋ ਪ੍ਰੋਜੈਕਟ ਬੈਕ ਟੂ ਬੈਕ ਰਿਲੀਜ਼ ਹੋਇਆ, ਦੋਨਾਂ ਫਿਲਮਾਂ ਦੀ ਕਹਾਣੀ ਜ਼ਬਰਦਸਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਵਾਈਫ ਨਾਲ ਹੈ ਸੋ ਅੱਜ ਸਪੈਸ਼ਲੀ ਥੈਂਕਸ ਬੋਲੋ ਇਹਨਾਂ ਨੂੰ ਜੇ ਇਹਨਾਂ ਬੈਕ ਤੋਂ ਇਹਨਾਂ ਨੇ ਤੁਹਾਨੂੰ ਸਪੋਰਟ ਕੀਤਾ। ਹਾਂਜੀ ਹਾਂ, ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਤੁਸੀਂ ਇੱਕ ਚੰਗੀ ਫਿਲਮ ਤਾਂ ਹੀ ਬਣਾ ਸਕਦੇ ਹੋ ਜੇ ਤੁਹਾਡੀ ਫੈਮਿਲੀ ਵੱਲੋਂ ਤੁਹਾਨੂੰ ਸਪੋਰਟ ਹੈ। ਸੋ ਮੇਰੀ ਜਿਹੜੀ ਮਿਹਨਤ ਤੁਹਾਨੂੰ ਪਰਦੇ ਤੇ ਜਾਂ ਸਾਹਮਣੇ ਦਿਸਦੀ ਹੈ ਸੋ ਉਹਦੇ ਪਿੱਛੇ ਇਹਦਾ ਬਹੁਤ ਵੱਡਾ ਹੱਥ ਹੈ। ਮੈਂ ਤਾਂ ਕਹਿੰਦਾ ਸਾਰਾ ਹੱਥ ਹੀ ਇਹਦਾ ਹੈ ਜਿਹੜੀ ਮੈਨੂੰ ਸਾਰੇ ਝੰਝਟਾਂ ਤੋਂ ਫ੍ਰੀ ਰੱਖਦੀ ਹੈ। ਤੁਹਾਡੀਆਂ ਕਹਾਣੀਆਂ ਦੇ ਵਿੱਚ ਇੱਕ ਚੀਜ਼ ਜੋ ਮੈਨੂੰ ਨਜ਼ਰ ਆਉਂਦੀ ਹੈ, ਕੁਝ ਕਹਾਣੀਆਂ ਇਕੱਠੇ ਚੱਲਦੀਆਂ, ਇਹ ਬਹੁਤ ਘੱਟ ਹੁੰਦਾ, ਇਸ 'ਤੇ ਬਹੁਤ ਮਿਹਨਤ ਹੁੰਦੀ ਹੈ ਸੋ ਇਹ ਤੁਹਾਡੇ ਮਾਇੰਡ ਦੇ ਵਿੱਚ ਹਮੇਸ਼ਾ ਕਿਵੇਂ ਚੱਲਦਾ ਕਿ ਮੈਂ ਕੁਝ ਕਹਾਣੀਆਂ ਨੂੰ ਇਕੱਠੇ ਜੋੜ ਦੇਣਾ? ਮੈਂ ਪਤਾ ਨਹੀਂ ਜੀ, ਮੈਂ ਬਸ ਥੋੜ੍ਹਾ ਜਿਹਾ ਰਿਐਲਿਟੀ ਦੇ ਨੇੜੇ ਰੱਖਣ ਦੀ ਕੋਸ਼ਿਸ਼ ਕਰਦਾ ਚੀਜ਼ਾਂ ਨੂੰ। ਅਤੇ ਜ਼ਿੰਦਗੀ ਮੈਨੂੰ ਐਂ ਜੇ ਲੱਗਦਾ ਹੁੰਦਾ ਕਿ ਜ਼ਿੰਦਗੀ ਇਕੱਲੀ ਕਦੇ ਹੁੰਦੀ ਨਹੀਂ। ਜਦੋਂ ਅੱਜ ਅਸੀਂ ਇੱਥੇ ਖੜ੍ਹ ਕੇ ਗੱਲਬਾਤ ਕਰ ਰਹੇ ਹਾਂ ਤਾਂ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੁਛ ਵਾਪਰ ਰਿਹਾ, ਕਈ ਵਾਰੀ ਸੇਮ ਚੀਜ਼ਾਂ ਵਾਪਰ ਰਹੀਆਂ ਹੁੰਦੀਆਂ ਨੇ, ਹੈ ਨਾ। ਸੋ ਮੈਨੂੰ ਇਹ ਲੱਗਦਾ ਹੁੰਦਾ ਹਮੇਸ਼ਾ ਕਿ ਸਿਨੇਮਾ ਕਦੇ ਵੀ ਇੱਕ ਬੰਦੇ ਦਾ ਹੋਵੇ ਤਾਂ ਉਹ ਅਧੂਰਾ ਹੁੰਦਾ। ਸੋ ਉਹਦੇ 'ਚ ਪੂਰੀ ਇੱਕ ਜ਼ਿੰਦਗੀ ਦਿਖਣੀ ਚਾਹੀਦੀ ਹੈ। ਸੋ ਉਹ ਇੱਕ ਮਹਿਸੂਸ ਹੁੰਦਾ ਮੈਨੂੰ, ਤਾਂ ਕਰਕੇ ਮੇਰੀਆਂ ਕਹਾਣੀਆਂ 'ਚ ਮੱਲੋ ਮੱਲੀ ਹੋਰ ਕਹਾਣੀਆਂ ਵਿੱਚ ਆ ਕੇ ਵੜ ਜਾਂਦੀਆਂ ਨੇ। ਮੈਮ ਤੁਸੀਂ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹੋ, ਆਈ ਨੋ ਯੂ ਆਰ ਕੋਸਟਿਊਮ ਡਿਜ਼ਾਈਨਰ। ਸਰ ਦੇ ਕੱਪੜਿਆਂ 'ਚ ਵੀ ਦਿਨ ਬ ਦਿਨ ਕੁਛ ਇੰਪਰੂਵਮੈਂਟ ਨਜ਼ਰ ਆ ਰਹੀ ਹੈ, ਜ਼ਿਆਦਾ ਧਿਆਨ ਨਹੀਂ ਦਿੰਦੇ ਹੋਣਗੇ ਸੋ ਇੱਧਰ ਕਿੰਨਾ ਕੁ ਧਿਆਨ ਰੱਖਿਆ ਜਾਂਦਾ? ਮਤਲਬ ਫਿਲਹਾਲ ਹੁਣ ਤਾਂ ਥੋੜ੍ਹਾ ਟਾਈਮ ਇੱਦਾਂ ਦਾ ਸੀ ਰਿਲੀਜ਼ਿੰਗ ਦਾ ਕਿ ਬਹੁਤ ਘੱਟ ਰੱਖਿਆ ਗਿਆ ਧਿਆਨ ਸੀਰੀਅਸਲੀ। ਵੈਸੇ ਅਦਰਵਾਈਜ਼ ਮੈਂ ਇਹੀ ਤਿਆਰ ਕਰਕੇ ਭੇਜ ਦਿੰਦੀ ਹਾਂ। ਬਹੁਤ ਵੱਡੀ ਗੱਲ ਹੈ ਸਰ ਇਹ। ਹਾਂਜੀ ਹਾਂਜੀ, ਫਿਲਮ ਦੀ ਕਹਾਣੀ ਤੇ ਆ ਜਾਂਦੇ ਆ। ਸਭ ਤੋਂ ਵੱਡੀ ਗੱਲ, ਪਤਾ ਹੀ ਨਹੀਂ ਲੱਗਦਾ ਕਿ ਟਾਈਮ ਕਿਸ ਤਰ੍ਹਾਂ ਚਲਾ ਗਿਆ, ਉਹ ਸਭ ਤੋਂ ਵੱਡਾ ਚੈਲੰਜ ਹੁੰਦਾ। ਤੁਸੀਂ 5 ਕਹਾਣੀਆਂ ਨੂੰ ਦਿਖਾਇਆ, ਤੁਹਾਡੇ ਲਈ ਕਿਵੇਂ ਦਾ ਸੀ ਉਹ ਮੋਮੈਂਟ ਜਦੋਂ ਸੈੱਟ ਤੇ ਮਿੰਟੂ ਗੁਰਸਰੀਆ ਸਰ ਵੀ ਮੌਜੂਦ ਹੁੰਦੇ ਸੀ, ਜਾਂ ਨਿੰਜਾ ਨੂੰ ਇਹ ਦੱਸਣਾ ਕਿ ਤੁਸੀਂ ਐਕਟਿੰਗ ਕਰਨੀ ਐਕਟਿੰਗ ਨਹੀਂ ਵੀ ਕਰਨੀ, ਇਮੋਸ਼ਨਸ ਨੂੰ ਦਿਖਾਉਣਾ ਉਹ ਕਿੰਨਾ ਟਫ ਸੀਗਾ? ਹਾਂ, ਦੋ ਚੀਜ਼ਾਂ ਬਹੁਤ ਟਫ ਸੀਗੀਆਂ ਇਸ ਫਿਲਮ ਦੀਆਂ। ਪਹਿਲੀ ਚੀਜ਼ ਇਹਦਾ ਸਕਰੀਨ ਪਲੇ, ਜਿਹੜਾ ਕਿ ਅਖੀਰ 'ਤੇ ਮੈਨੂੰ ਹੀ ਲਿਖਣਾ ਪਿਆ ਕਿਉਂਕਿ ਉਹ ਹਿਸਾਬ 'ਚ ਹੀ ਨਹੀਂ ਸੀ ਆ ਰਿਹਾ। 5 ਕਹਾਣੀਆਂ ਸੀ, 5 ਕਹਾਣੀਆਂ ਨੂੰ ਬੈਲੈਂਸ ਕਰਕੇ ਸਕਰੀਨ ਦੇ ਉੱਪਰ ਦਿਖਾਉਣਾ ਸੀ, ਫਿਰ ਹਰ ਕਹਾਣੀ ਦੀ ਇੱਕ ਐਂਡਿੰਗ ਵੀ ਪ੍ਰੋਪਰ ਹੋਣੀ ਚਾਹੀਦੀ ਹੈ, ਉਹ ਸੀ। ਫਿਰ ਉਸ ਤੋਂ ਬਾਅਦ ਇੱਕ ਜਿਹੜਾ ਕੁਲਜਿੰਦਰ ਸਿੱਧੂ ਹੋਰਾਂ ਨੇ ਕਰੈਕਟਰ ਨਿਭਾਇਆ, 6ਵਾਂ ਕਰੈਕਟਰ ਉਹ ਆ ਗਿਆ। ਉਹਦੇ 'ਚ ਵਾਸਤੇ ਸਾਡੇ ਕੋਲ ਇਹ ਸੀ ਕਿ ਉਹ ਹੈ ਗੈਸਟ ਅਪੀਰੈਂਸ ਸੀ, ਪਰ ਉਹ ਗੈਸਟ ਅਪੀਰੈਂਸ ਦੇ ਵਿੱਚ ਹੀ ਉਹਦਾ ਇੱਕ ਸਟਾਰਟ ਟੂ ਐਂਡ ਹੋਣਾ ਕਰੈਕਟਰ ਦਾ, ਕਿ ਉਹ ਕਰੈਕਟਰ ਉਵੇਂ ਦਾ ਕਿਉਂ ਹੈ, ਜੀ ਤੋਂ ਅੱਗੇ ਦੀ ਅੱਗੇ ਕੜੀ ਜੁੜ ਕੇ 3 ਪੀੜ੍ਹੀਆਂ ਅੱਗੇ ਖਰਾਬ ਹੋ ਰਹੀਆਂ ਨੇ, ਹੈ ਨਾ। ਸੋ ਉਹ ਬਹੁਤ ਜ਼ਿਆਦਾ ਮੇਰੇ ਵਾਸਤੇ ਟਫ ਕੰਮ ਸੀ, ਬਹੁਤ ਹੀ ਟਫ ਜੋਬ ਸੀਗੀ। ਸੋ ਮੈਂ ਜਿੰਨੇ ਜ਼ਿਆਦਾ ਉਦੋਂ ਉਸਲ ਵੱਟੇ ਲਏ ਉਹ ਸਕਰੀਨ ਪਲੇ ਲਿਖਣ ਵਾਸਤੇ, ਉਹ ਬਹੁਤ ਜ਼ਿਆਦਾ ਟਫ ਜੋਬ ਸੀ। ਫਿਰ ਉਸ ਤੋਂ ਬਾਅਦ ਸਕਰੀਨ ਪਲੇ ਲਿਖਿਆ ਗਿਆ, ਫਿਰ ਸਕਰੀਨ 'ਤੇ ਜਦੋਂ ਉਹ ਚੀਜ਼ ਆਉਣੀ ਸੀ, ਜਦੋਂ ਉਹਦਾ ਸ਼ੂਟ ਚੱਲ ਰਿਹਾ ਸੀ, ਉਦੋਂ ਕਿਸੇ ਨੂੰ ਇਹ ਕਹਿਣਾ ਕਿ ਤੈਨੂੰ ਅਸੀਂ ਐਕਟਿੰਗ ਕਰਨ ਵਾਸਤੇ ਹਾਇਰ ਕੀਤਾ ਪਰ ਤੂੰ ਐਕਟਿੰਗ ਨਹੀਂ ਕਰਨੀ, ਹੈ ਨਾ। ਸੋ ਉਸ ਤੋਂ ਬਾਅਦ ਉਸ ਚੀਜ਼ ਨੂੰ ਐਕਟਿੰਗ ਨਾ ਕਰਵਾ ਕੇ ਜਸਟੀਫਾਈ ਕਰਨਾ ਕਿ ਉਹ ਫਿਲਮ ਵੀ ਲੱਗੇ ਅਤੇ ਤੁਸੀਂ ਐਕਟਿੰਗ ਵੀ ਨਹੀਂ ਕਰਨੀ, ਬਿਲਕੁਲ ਰੀਅਲ ਲੈਣਾ, ਉਹ ਵੀ ਟਫ ਸੀ, ਹੈ ਨਾ। ਉਸ ਤੋਂ ਬਾਅਦ ਜਦੋਂ ਇਹ ਫਿਲਮ ਬਣ ਕੇ ਬੰਬੇ ਜਦੋਂ ਸਾਡੀ ਪੋਸਟ ਪ੍ਰੋਡਕਸ਼ਨ ਚੱਲਦੀ ਸੀ ਤਾਂ ਉੱਥੇ ਜਿਹੜਾ ਵੀ ਬੰਦਾ ਦੇਖਦਾ ਸੀ ਤਾਂ ਹਰ ਕੋਈ ਕਹਿੰਦਾ ਸੀ ਯਾਰ ਇਹ ਮੈਨੂੰ ਫਿਲਮ ਨਹੀਂ ਲੱਗਦੀ। ਜਿਹਨੂੰ ਸੁਣ ਸੁਣ ਕੇ ਮੈਂ ਟੈਨਸ਼ਨ 'ਚ ਆ ਗਿਆ ਕਿ ਯਾਰ ਅਸੀਂ ਫਿਲਮ ਬਣਾਈ ਹੈ ਫਿਲਮ ਕਿਉਂ ਨਹੀਂ ਲੱਗ ਰਹੀ।
ਉਹ ਮੈਨੂੰ ਕਾਫੀ ਦੇਰ ਬਾਅਦ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿਹੜੇ ਉਹ ਕੰਪਲੀਮੈਂਟ ਸੀਗੇ ਉਹ ਕਮੈਂਟਰੀ ਸੀ ਉਹ ਕੰਪਲੀਮੈਂਟ ਸੀ ਕਿ ਇਹ ਫਿਲਮ ਨਹੀਂ ਲੱਗਦੀ ਇਹ ਇੱਕ ਰੀਅਲ ਲਾਈਫ ਲੱਗਦੀ ਹੈ। ਮੈਂ ਸੱਚਮੁੱਚ ਇਹ ਗਵਾਹ ਉਸ ਗੱਲ ਦੀ ਮੈਂ ਸੱਚਮੁੱਚ ਟੈਨਸ਼ਨ 'ਚ ਆ ਗਿਆ ਸੀ ਇਸ ਗੱਲ ਨੂੰ ਸੁਣ ਕੇ ਕਿ ਯਾਰ ਜੇ ਇਹ ਫਿਲਮ ਨਹੀਂ ਲੱਗ ਰਹੀ ਤਾਂ ਫਿਰ ਕੀ ਬਣਾਇਆ ਸੀ ਹਨਾ। ਪਰ ਉਹ ਬਾਅਦ 'ਚ ਪਤਾ ਲੱਗਿਆ ਕਿ ਉਹ ਇੱਕ ਪੋਜ਼ਿਟਿਵ ਚੀਜ਼ ਸੀ ਕਿ ਉਹ ਫਿਲਮ ਨਹੀਂ ਲੱਗ ਰਹੀ ਸੀ ਉਹ ਇੱਕ ਲਾਈਫ ਲੱਗ ਰਹੀ ਸੀ। मैम इस फिल्म ਦੇ ਵਿੱਚ ਮੈਂਡੀ ਕਿਰਦਾਰ ਨਿਭਾਉਂਦੇ ਆ ਫੀਮੇਲ ਜਿਨ੍ਹਾਂ ਦੇ ਇਮੋਸ਼ਨਸ ਨੂੰ ਬਿਆਨ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਉਹ ਜਿਸ ਦਰ ਚੋਂ ਨਿਕਲਦੀਆਂ। ਤੁਸੀਂ ਮੰਨਦੇ ਹੋ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਲਾਈਫ ਪਾਰਟਨਰ ਮਿਲ ਜਾਏ ਤਾਂ ਤੁਸੀਂ ਉਚਾਈਆਂ ਤੇ ਹੀ ਜਾਂਦੇ ਹੋ? ਬਿਲਕੁਲ ਮੰਨਦੇ ਹਾਂ, ਜੇ ਤੁਹਾਡਾ ਲਾਈਫ ਪਾਰਟਨਰ ਤੁਹਾਡੇ ਨਾਲ ਆ ਔਰ ਵਧੀਆ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ। ਔਰ ਬੈਸਟ ਬੈਸਟ ਵਿਸ਼ਿਸ, ਅੱਜ ਦਾ ਦਿਨ ਇੰਜੋਏ ਕਰੋ, ਤੁਸੀਂ ਬਹੁਤ ਮਿਹਨਤ ਕੀਤੀ ਹੈ। ਉਮੀਦ ਹੈ ਅਸੀਂ ਜਲਦ ਮਿਲਾਂਗੇ ਨਵੀਂ ਗੱਲਬਾਤ ਦੇ ਨਾਲ। ਜੀ ਥੈਂਕ ਯੂ, ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਹਮੇਸ਼ਾ ਚੀਜ਼ਾਂ ਨੂੰ ਐਪਰੀਸ਼ੀਏਟ ਕਰਦੇ ਹੋ ਅਤੇ ਅੱਗੇ ਲੈ ਕੇ ਜਾਂਦੇ ਹੋ, ਧੰਨਵਾਦ। ਥੈਂਕ ਯੂ।